ਰਾਵ ਕੇ ਨਿਊਜ਼ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਹਰਚੰਦ ਸਿੰਘ ਕਿਲੇ ਵਾਲੇ, ਉਹਨਾਂ ਦੇ ਘਰ, ਉਹਨਾਂ ਦੇ ਧਰ ਪਤਨੀ ਗੁਰਮੀਤ ਕੌਰ ਜੀ, ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਵਜੋਂ ਖੜ੍ਹੇ ਆ। ਇਹਨਾਂ ਨੂੰ ਜੋ ਟਿਕਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ, ਪਾਰਟੀ ਵੱਲੋਂ ਟਿਕਟ ਮਿਲੀ ਹੈ, ਉਸ ਵਿਸ਼ੇ 'ਤੇ ਅੱਜ ਅਸੀਂ ਕੁਛ ਗੱਲਬਾਤ ਕਰਾਂਗੇ ਇਹਨਾਂ ਨਾਲ। ਮੇਰੇ ਨਾਲ ਹਨ ਗੁਰਮੀਤ ਕੌਰ ਜੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ ਜ਼ਿਲ੍ਹਾ ਪ੍ਰੀਸ਼ਦ ਦੇ, ਅਤੇ ਨਾਲ ਹਨ ਸਾਬਕਾ ਬਲਾਕ ਸਮਿਤੀ ਮੈਂਬਰ ਹਰਚੰਦ ਸਿੰਘ ਜੀ। ਅਤੇ ਮੈਂ ਗੁਰਮੀਤ ਕੌਰ ਜੀ ਨੂੰ ਪੁੱਛਣਾ ਚਾਹਾਂਗਾ ਕਿ ਉਹਨਾਂ ਦਾ ਇਸ ਚੋਣ ਵਿੱਚ ਖੜ੍ਹਨ ਦਾ ਮਨੋਰਥ ਕੀ ਹੈ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ ਕਰਦੀ ਹਾਂ। ਜੋ ਸਾਡਾ ਮਕਸਦ ਹੈ ਵੋਟਾਂ ਦੇ ਵਿੱਚ ਖੜ੍ਹਨ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ, ਮੈਂ ਅੱਗੇ ਵੀ ਵੱਧ ਚੜ੍ਹ ਕੇ ਅਸੀਂ ਕੰਮ ਕਰਦੇ ਰਹੇ ਹਾਂ। ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਾਡੀ ਜਿੱਤ ਹੋਈ ਅਸੀਂ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਂਗੇ। ਪਹਿਲਾਂ ਵੀ ਸਾਡੇ ਬਹੁਤ ਸਾਰੇ ਕੰਮ ਕਰੇ ਗਏ ਆ, ਕਰਾਂਗੇ ਵੀ ਅਤੇ ਕਰਾਵਾਂਗੇ ਵੀ। ਅਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਅਸੀਂ, ਬੇਟੀਆਂ ਦੀ ਪੜ੍ਹਾਈ ਵਾਸਤੇ ਅੱਗੇ ਤੋਂ ਵੱਧ ਚੜ੍ਹ ਕੇ ਅਸੀਂ ਹਿੱਸਾ ਲਵਾਂਗੇ। ਅਤੇ ਨਸ਼ਿਆਂ ਬਾਰੇ ਵੀ ਮੈਂ ਕਹੂੰਗੀ ਵੀ ਅਸੀਂ ਕੋਈ ਵੀ ਨਸ਼ਾ ਮੁਕਤ ਕਰਨਾ ਤਾਂ ਪਿੰਡ, ਅਸੀਂ ਕਿਸੇ ਨੂੰ ਨਸ਼ਾ ਨਾ ਦੇਣਾ ਨਾ ਲੈਣਾ। ਜਿਹੜਾ ਵੀ ਕੋਈ ਨਸ਼ਾ ਕਰਦਾ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ, ਅਸੀਂ ਉਹਨਾਂ ਦੇ ਨਸ਼ਾ ਸੜਕ ਕੇਂਦਰਾਂ ਦੇ ਵਿੱਚ ਉਹਨਾਂ ਦਾ ਨਸ਼ਾ ਜਿਹੜਾ। ਹਾਂਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰਚੰਦ ਸਿੰਘ ਕਲਿਆਲੇ, ਜੋ ਕਿ ਪਹਿਲਾਂ ਬਲਾਕ ਸਮਿਤੀ ਦੀ ਚੋਣ ਵਿੱਚ ਜੇਤੂ ਰਹੇ ਆ, ਉਹਨਾਂ ਨੇ ਪਿੰਡ ਦੇ ਬਹੁਤ ਸਾਰੇ ਕੰਮ ਕਰਾਏ ਆ। ਅਸੀਂ ਉਹਨਾਂ ਦੀ ਜਵਾਨੀ ਹੀ ਸੁਣਦੇ ਹਾਂ ਕਿ ਉਹਨਾਂ ਨੇ ਜੋ ਜੋ ਕੰਮ ਕਰਵਾਏ ਪੁਰਾਣੇ ਸਮੇਂ ਵਿੱਚ ਉਹ ਆਪ ਹੀ ਦੱਸਣਗੇ। ਮੈਂ ਹਰਚੰਦ ਸਿੰਘ ਬੇਨਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਵਾਰ ਸਾਡੀ ਸੋਚ ਇਹ ਹੀ ਰਹੀ ਹੈ ਪਿੰਡ ਦੇ ਵਿਕਾਸ ਵੱਧ ਤੋਂ ਵੱਧ ਵਿਕਾਸ ਕਰਾਏ ਜਾਣ, ਹਰ ਇੱਕ ਨੂੰ ਨਾਲ ਲੈ ਕੇ ਚੱਲਿਆ ਜਾਵੇ, ਚੰਗੇ ਵੀ ਜਿੰਨੇ ਵੀ ਚੰਗੇ ਕੰਮ ਆ ਉਹਨਾਂ ਨੂੰ ਪਿੰਡ 'ਚ ਲਿਆਂਦਾ ਜਾਵੇ, ਵਿਕਾਸ ਦੇ ਕੰਮਾਂ ਨੂੰ, ਫਿਰ ਹੀ ਪਿੰਡ ਦੇ ਫਾਇਦਾ ਆਪਣੇ ਸਾਰੇ ਬੰਦਿਆਂ। ਆਪਾਂ ਸਭ ਤੋਂ ਪਹਿਲਾਂ ਅਸੀਂ 24 ਘੰਟੇ ਬਿਜਲੀ ਪਿੰਡ 'ਚ ਲਿਆਂਦੀ, ਲੈਣ ਲਿਆਂਦੀ, ਉਹਦੇ ਵਿੱਚ ਉਹਦਾ ਯੋਗਦਾਨ ਪਾਇਆ। ਉਸ ਤੋਂ ਬਾਅਦ 'ਚ ਸਕੂਲਾਂ ਦੀਆਂ ਬਿਲਡਿੰਗਾਂ ਬਣਾਈਆਂ, ਉਹਦੇ ਵਿੱਚ ਵੀ ਯੋਗਦਾਨ ਪਾਇਆ, ਸੰਤਾਂ ਨੂੰ ਗੁਰਦਾਸ ਦਾ ਪੂਰਾ ਸਹਿਯੋਗ ਦਿੱਤਾ। ਉਸ ਤੋਂ ਬਾਅਦ 'ਚ ਮੰਡੀ ਬਣਾਈ, ਬਿਜਲੀ ਘਰ ਬਣਾਇਆ, ਸਾਰੇ ਕੰਮਾਂ 'ਚ ਯੋਗਦਾਨ ਪਾਇਆ। ਜਿੰਨੇ ਵੀ ਪਿੰਡ ਦੇ ਵਿਕਾਸ ਦੇ ਕੰਮ ਹੋਏ ਆ, ਜਿੱਥੇ ਵੀ ਹੋਇਆ ਹਰੇਕ ਥਾਂ ਜਾ ਕੇ ਯੋਗਦਾਨ ਪਾਇਆ, ਕੋਈ ਪਛਾਣ ਨਹੀਂ ਹਟੇਗੀ। ਉਸੇ ਤਰ੍ਹਾਂ ਹੀ ਅਸੀਂ ਉਸੇ ਕੂਬੇ ਨੂੰ ਚਲਾ ਕੇ ਅੱਗੇ ਤੋਰਾਂਗੇ, ਪਿੰਡ ਦੇ ਵਿਕਾਸ ਕਰਾਵਾਂਗੇ। ਜੇ ਪਿੰਡ ਦੇ ਕਿਸੇ ਦੇ ਵੀ ਗਲਤ ਪੈਸੇ ਜਾਂ ਕੋਈ ਖੱਜਲ ਖੁਆਰ ਹੋਣ ਤੋਂ ਹਰ ਟਾਈਮ ਬਚਾਉਣੇ ਆ ਬੰਦੇ ਨੂੰ, ਉਹ ਵੀ ਅਸੀਂ ਗਰੀਬ ਨੂੰ ਅੱਗੇ ਤੋਰਾਂਗੇ, ਕਿਉਂਕਿ ਕੋਈ ਉਹਦਾ ਖਰਾਬ ਨਾ ਹੋਵੇ। ਹਰ ਇੱਕ ਦੇ ਗਲਤ ਪੈਸੇ ਨਾਲ ਗਿਲਣ ਜਾਣਾ, ਹਰ ਇੱਕ ਪਿੰਡ 'ਚ ਬੈਠ ਕੇ ਹੀ ਫੈਸਲੇ ਕਰਾਏ ਜਾਣਗੇ, ਨਾ ਕਿ ਬਾਹਰ ਵੀ ਜਾ ਕੇ ਫੈਸਲੇ ਕਰਾਏ ਜਾਣਗੇ। ਅਤੇ ਮੈਂ ਇਹਨਾਂ ਨੂੰ ਇਹਨਾਂ ਦਾ ਜੋ ਅਪੀਲ ਕਰਨੀ ਚਾਹੁੰਦੇ ਆ ਅਤੇ ਜੋ ਧੰਨਵਾਦ ਕਰਨਾ ਚਾਹੁੰਦੇ ਆ ਉਸ ਸੰਬੰਧੀ ਆਪਣੇ ਵਿਚਾਰ ਪੇਸ਼ ਕਰਨਗੇ। ਸਭ ਤੋਂ ਪਹਿਲਾਂ ਮੈਂ ਪਾਰਟੀ ਦਾ ਧੰਨਵਾਦ ਕਰਦੀ ਹਾਂ, ਜਥੇਦਾਰ ਦੁਰਗਾ ਸਿੰਘ ਜੀ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ, ਮੈਨੂੰ ਟਿਕਟ ਦਿੱਤੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਪਾਰਟੀ ਵਾਲੀ ਤੋਂ ਉੱਠ ਕੇ ਸਾਰੇ ਕੰਮ ਕਰੂੰਗੀ, ਸਾਰੇ ਇਲਾਕੇ ਦੇ ਕਰੂੰਗੀ, ਅਤੇ ਸਾਰੀ ਪਾਰਟੀ ਸਾਰੇ ਵੀਰਾਂ ਨੂੰ, ਮੇਰੇ 15 ਪਿੰਡ ਆਉਂਦੇ ਆ,
ਮੈਂ ਸਾਰੇ ਪਿੰਡਾਂ ਦਾ ਵਿਕਾਸ ਕਰ ਸਕਾਂ। ਡੇਲੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦੀ। ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਦਲਜੀਤ ਕੌਰ ਜੀ ਅਤੇ ਹਰਚਰਨ ਸਿੰਘ ਕਿਲੇ ਵਾਲੇ, ਅਤੇ ਇਹਨਾਂ ਨੂੰ ਜੋ ਪਾਰਟੀ ਵੱਲੋਂ ਟਿਕਟ ਮਿਲੀ ਹੈ, ਇਹ ਜੋ ਕੱਲ੍ਹ ਆਪਣੇ ਮਾਲੂਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 15 ਪਿੰਡ ਆਉਂਦੇ ਆ, ਉਹਨਾਂ ਦੇ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਆ, ਅਤੇ ਇਹਨਾਂ ਨੇ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ, ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕਰਵਾਏ ਆ, ਅੱਗੇ ਵੀ ਸਾਰੇ ਇਲਾਕੇ ਦੇ ਵਿੱਚ ਕੰਮ ਕਰਵਾ ਸਕਣ, ਇਹੀ ਇਹਨਾਂ ਦੀ ਅਪੀਲ ਆ। ਅਤੇ ਅਸੀਂ ਧੰਨਵਾਦ ਹਾਂ ਕਿਹੜਾ ਜੋ ਇਹ ਡੇਲੀ ਰੌਕੇ ਨਿਊਜ਼ ਨੂੰ ਸਮੇਂ ਸਮੇਂ 'ਤੇ ਇਹਨਾਂ ਨਾਲ ਆਪਣੇ ਨਾਲ ਜੁੜੇ ਰਹਿੰਦੇ ਆ, ਗੱਲਬਾਤ ਕਰਦੇ ਰਹਿੰਦੇ ਆ, ਅਤੇ ਜੋ ਵੀ ਇਹਨਾਂ ਵੱਲੋਂ ਕੰਮ ਕਰਵਾਏ ਜਾਂਦੇ ਆ ਉਹਦੀਆਂ ਜੋ ਖਬਰਾਂ ਪਾਈਆਂ ਜਾਂਦੀਆਂ, ਜਿਸ ਤਰ੍ਹਾਂ ਇਹਨਾਂ ਵੱਲੋਂ ਇਸ ਤਰੀ ਅਕਾਲੀ ਦਲ ਵੱਲੋਂ ਜੋ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉਹਦੀਆਂ ਵੀ ਅਸੀਂ ਖਬਰਾਂ ਪਾਉਣੀ ਆ, ਸਾਨੂੰ ਇਹ ਪਹਿਲ ਦੇ ਆਧਾਰ 'ਤੇ ਸਾਨੂੰ ਇਹ ਬੁਲਾਉਂਦੇ ਆ, ਅਤੇ ਇਲਾਕੇ ਦੀ ਜੋ ਵੀ ਅੱਗੇ ਵੀ ਅਸੀਂ ਉਮੀਦ ਕਰਾਂਗੇ ਵੀ ਇਹ ਜਿੱਤ ਕੇ ਅੱਗੇ ਆਉਂਦੇ ਆ, ਅਤੇ ਜਦੋਂ ਇਲਾਕੇ ਦਾ ਵਿਕਾਸ ਹੋਊਗਾ ਅਤੇ ਉਹ ਡੇਲੀ ਰੌਕੇ ਨਿਊਜ਼ ਦੇ ਜ਼ਰੀਏ ਜਿਹੜਾ ਵਿਕਾਸ ਉਹ ਅੱਗੇ ਲਿਆਂਦਾ ਜਾਊਗਾ। ਠੀਕ ਹੈ ਜੀ, ਠੀਕ ਹੈ ਜੀ, ਇਸ ਜੋ ਅਸੀਂ ਇਸ ਸੰਬੰਧ ਦੇ ਵਿੱਚ ਅਸੀਂ ਇੱਥੇ ਪਹੁੰਚੇ ਹਾਂ, ਅਤੇ ਅਸੀਂ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਜੀ, ਉਹਨਾਂ ਨੇ ਆਪਣਾ ਕੀਮਤੀ ਸਮੇਂ ਸਾਨੂੰ ਦਿੱਤਾ ਹੈ, ਅਤੇ ਇਸ 'ਤੇ ਆਸ 'ਤੇ ਮੈਂ ਫਤਿਹ ਬੁਲਾ ਹੋ ਜਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।